ਕੀ ਹਾਲ ਚਾਲ ਆ ਜੀ ਸਾਰਿਆਂ ਦਾ। ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਚੱਲਦਾ ਜੀ ਕੰਮ ਜ਼ਮੀਨ ਤਿਆਰ ਕਰਨ ਦਾ, ਆਲੂਆਂ ਦੀ ਲਵਾਈ ਲਈ। ਅਤੇ ਕੱਲ੍ਹ ਆਪਾਂ ਮਾਰਕੀਟ ਦੀ ਦੋਨੇ ਪਲਾਟਾਂ 'ਚ ਹੈਰੋਂ, ਅਤੇ ਹੁਣ ਮਾਰ ਰਹੇ ਹਾਂ ਸੁਹਾਗਾ। ਅੱਜ ਆਪਾਂ ਦੇਖ ਕੇ ਜ਼ਮੀਨ ਛੇੜੀ ਨਹੀਂ ਜਮਾਂ ਹੀ, ਅਤੇ ਹੁਣ ਤਾਂ ਮਾੜੀ ਮੋਟੀ ਕਰ ਤੋੜਨ ਲੱਗ ਗਈ ਖੇਤ 'ਚੋਂ। ਨਹੀਂ ਪਹਿਲਾਂ ਤਾਂ ਬਹੁਤ ਜ਼ਿਆਦਾ ਗਿੱਲਾ ਸੀ, ਅਤੇ ਤਕਰੀਬਨ 2 ਦਿਨ 'ਚ ਤਿਆਰ ਹੋਣਗੇ ਖੇਤ, 2 ਦਿਨ ਹੋਰ ਲੱਗ ਜਾਣੇ ਨੇ। ਅਤੇ ਹਾਲੇ ਕਾਫੀ ਡਲੀ ਆ, ਕਾਫੀ ਗੇਲਬਾਹੀ ਹੋਊਗੀ ਤਾਂ ਜਾ ਕੇ ਕਿਤੇ ਖੇਤ ਬਣਨਾ ਆਲੂਆਂ ਦੀ ਬਿਜਾਈ ਲਈ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਕਿਸੇ ਵੀਰ ਨੇ ਨਹੀਂ ਕਰਿਆ। ਅਤੇ ਖੇਤੀਬਾੜੀ ਦੀ ਵੀਡੀਓ ਪਾਉਂਦੇ ਰਹਿੰਦੇ ਹਾਂ ਆਪਾਂ। ਅਤੇ ਉਹ ਪਰਲੇ ਖੇਤ ਨੂੰ ਵੱਜ ਗਿਆ ਸੁਹਾਗਾ, ਕੁਝ ਮਾਰਦੇ ਹੁਣ ਹੈਰੋਂ। ਉਹ ਖੇਤ ਹੈਗਾ ਹਲੇ ਸੁੱਕਾ, ਉਹ ਬਾਹਲਾ ਗਿੱਲਾ ਨਹੀਂ, ਉਹ ਤਿਆਰ ਹੋ ਜੂਗਾ ਕੱਲ੍ਹ ਨੂੰ। ਅਤੇ ਉਸ ਤੋਂ ਬਾਅਦ ਫਿਰ ਇਹ 'ਚ ਹੈਰੋਂ ਮਾਰ ਕੇ ਇਹਨੂੰ ਛੱਡ ਦਾਂਗੇ। ਅਤੇ ਨਾਲੇ ਤੁਹਾਨੂੰ ਅੱਜ ਮੰਡੀ 'ਚ ਦਿਖਾਉਂਦੇ ਹਾਂ ਵੀ ਕੀ ਹਾਲ ਹੀਲਾ ਜੀਰੀਆਂ ਦਾ, ਵੀ ਕੀ ਕੁਛ ਭਰਨ ਲੱਗੇ ਨੇ ਜਾਂ ਨਹੀਂ। ਅਤੇ ਹੁਣ ਆਪਾਂ ਲੈ ਕੇ ਆਉਂਦੇ ਹਾਂ ਹੈਰੋਂ ਪਾ ਕੇ 69 ਗੈਲ, ਅਤੇ ਨਾਲੇ ਅੱਜ ਵੀ ਕਢਾਇਆ ਆਲੂਆਂ ਦਾ ਹੋਰ ਲੈ ਕੇ ਆਇਆ 350 ਕੱਟਾ, ਅਤੇ ਉਹ ਸਵੇਰੇ ਲਾਹਾਂਗੇ। ਅਤੇ ਉਹ ਮੁਲਾਜ਼ਮ ਲਾਇਆ ਹੋਇਆ ਜੀਰੀ ਝਾੜ ਨਾ, ਬੀਜ ਰੱਖਿਆ ਆਪਾਂ PR 130 ਦਾ, ਉਹ ਸਾਹਮਣੇ ਝਾੜ ਰਿਹਾ ਮੁਲਾਜ਼ਮ। ਖੜੀਆਂ ਨੇ ਆਪਣੀਆਂ ਹੈਰੋਂ, ਟਰੈਕਟਰ ਲਿਆ ਕੇ ਪਾਉਂਦੇ ਹਾਂ। ਹਾਂਜੀ ਲੱਗ ਗਈ ਹੈਰੋਂ ਨਾਲ ਪਾਉਣ ਹੁਣ, ਅਤੇ ਮਗਰ ਮਾਰਾਂਗੇ ਸੁਹਾਗਾ। ਇੱਧਰਲਾ ਖੇਤ ਕਾਫੀ ਸੁੱਕ ਗਿਆ, ਇੱਥੋਂ ਗੰਦਾ ਕਰ ਦੋਣਗੀ ਆਹ ਖੇਤ 'ਚ ਕਰਿਆਰਾ ਥੋੜ੍ਹਾ ਜ਼ਿਆਦਾ ਸੁੱਕਿਆ ਹੋਇਆ ਸੀ ਜੀਰੀ ਦਾ, ਉਹਦੇ ਕਰਕੇ ਇੱਧਰਲੇ ਪਾਸੇ ਥੋੜ੍ਹਾ ਜਿਹਾ ਜ਼ਿਆਦਾ ਸੁੱਕਾ ਹੈ। ਸੁਹਾਗਾ ਵੀ ਸੁਹਾਗੇ ਦੇ ਵੀ ਚੱਲਦਾ ਟਰੈਕਟਰ ਮਗਰ ਹੀ। ਚੱਲਦੀਆਂ ਨਹੀਂ ਚੌਹਰ ਨੂੰ ਤਵੀਆਂ, ਮੰਨ ਲਓ 2 ਗਿੱਲ ਪਹਿਲਾਂ ਤਵੀਆਂ ਫਿਰ ਗਈਆਂ, ਅਤੇ 1 ਗਿੱਲ ਪਹਿਲਾਂ ਫਿਰ ਗਈਆਂ ਵੀ ਇਹ 4ੀ ਵਾਰ ਤਵੀਆਂ ਨਾਲ ਵਾਹੁਣ ਲੱਗੇ ਹਾਂ। ਅਤੇ ਸੁਹਾਗਾ ਹਰੇਕ ਵਾਰ ਮਾਰਦਿਆਂ ਤਵੀਆਂ ਮਗਰ, ਅਤੇ ਇਸ ਤੋਂ ਬਾਅਦ ਦੇਖਾਂਗੇ ਹਲਾਂ ਨਾਲ ਵਾਹਵਾਂਗੇ। ਚੱਲਦਾ ਟਮਾਟਰ ਹੀ 10-10 ਦੀਆਂ ਤਵੀਆਂ ਨਾਲ, ਅਤੇ ਮੂਹਰੇ
ਹਲਾਈ ਮਿਲ ਜਾਵੇ ਫੇਰ ਨੂੰ, ਫਿਰ ਆਪਾਂ ਮਗਰੇ ਸੁਹਾਗਾ ਫੇਰਦੇ ਹਾਂ। ਇੱਧਰ ਖੜ੍ਹਾ 843 ਅਤੇ ਤਕਰੀਬਨ ਆਹ ਖੇਤ ਆਪਣਾ ਤਿਆਰ ਹੋ ਜੂਗਾ ਕੱਲ੍ਹ ਨੂੰ। ਉੱਧਰਲਾ ਖੇਤ ਥੋੜ੍ਹਾ ਜਿਹਾ ਗਿੱਲਾ ਏ, ਉਹਦੇ ਕਰਕੇ ਹੈਰੋ ਮਾਰ ਕੇ ਕੱਲ੍ਹ ਨੂੰ ਛੱਡਣਾ ਪਊਗਾ ਫੇਰ। ਅਤੇ ਡਾਕਰ ਜ਼ਮੀਨ ਕਰਕੇ ਡਲੀ ਬਹੁਤ ਛੇਤੀ ਪੈਂਦੀ ਆ। ਚਲੋ ਉਹ ਤਾਂ ਇੱਕ ਵਾਰ ਰੂਟਾਵੀਟਰ ਮਾਰਨਾ ਹੀ ਮਾਰਨਾ, ਇੱਕ ਵਾਰ ਬਿਜਾਈ ਤੋਂ ਮੂਹਰੇ ਮਾਰ ਦਾਂਗੇ ਅਤੇ ਜ਼ਮੀਨ ਵਧੀਆ ਬਣ ਜੂ ਅਤੇ ਬਰੀਕ ਹੋ ਜੂਗੀ। ਆਲੂਆਂ ਲਈ ਬਾਹਲੀ ਬਰੀਕ ਦੀ ਵੀ ਲੋੜ ਨਹੀਂ, ਮਾੜੀ ਮੋਟੀ ਡਲੀ ਵੀ ਚਾਹੀਦੀ ਆ ਆਲੂਆਂ ਲਈ। ਪਲਾਈ ਬਣੀ ਰਹਿੰਦੀ ਆ ਵੱਟ 'ਚ, ਅਤੇ ਬਾਕੀ ਪਰਾਲੀ ਆਪਾਂ ਵਿੱਚੇ ਮਲਚਰ ਕਰੀ ਹੋਈ ਆ। ਬਾਕੀ ਹਰੇਕ ਬੰਦੇ ਦਾ ਆਪਣਾ ਆਪਣਾ ਤਰੀਕਾ ਹੈ ਜ਼ਮੀਨ ਤਿਆਰ ਕਰਨ ਦਾ, ਕੋਈ ਕਿਵੇਂ ਕਰਦਾ ਕੋਈ ਕਿਵੇਂ ਕਰਦਾ ਏ। ਚੱਲਦਾ ਏ ਟਮਾਟਰ ਹੀ ਟਰਬੋ ਵਾਲਾ ਆਪਣਾ, ਜਿਹੜਾ ਆਪਾਂ ਲਿਆ ਟਰੈਕਟਰ ਹੁਣ, ਬਹੁਤ ਜ਼ਿਆਦਾ ਜ਼ੋਰ ਮਾਰਦਾ, 65 HP ਦੇ ਟਰੈਕਟਰ ਜਿੰਨਾ ਮੁਕਾਬਲਾ ਕਰਦਾ ਟਰੈਕਟਰ ਇਹ। ਦੇਖੋ ਕਿੱਦਾਂ ਵਰਦਾ ਖੇਤ 'ਚ ਬਾਗੀਆਂ ਪਾਉਂਦਾ। ਬਾਕੀ ਦੇਖਦੇ ਹਾਂ ਹੁਣ, ਲੱਗਦੇ ਹਾਂ ਆਪਾਂ ਹੀ ਸੁਹਾਗਾ ਮਾਰਨ। ਟਾਈਮ ਹੋ ਚੱਲਿਆ ਰਾਤ ਦੇ 10 ਵੱਜ ਚੱਲੇ ਅਤੇ ਸੁਹਾਗਾ ਪਾਇਆ ਹੋਇਆ, ਸੁਹਾਗਾ ਮਾਰਦੇ ਹਾਂ ਰੀਝ ਨਾਲ ਆਰਾਮ ਨਾਲ। ਅਤੇ ਉਹ ਟਰੈਕਟਰ 'ਤੇ ਬੈਠਾ ਆਪਣਾ ਜੱਸੂ, ਜੱਸੂ ਚਲਾ ਰਿਹਾ ਏ। ਅਤੇ ਇੱਧਰਲੇ ਖੇਤ 'ਚ ਆਪਾਂ ਇਕੱਲੀ ਹੈਰੋ ਮਾਰ ਕੇ ਛੱਡ ਦੇਣੀ ਆ, ਇੱਧਰਲੇ 'ਚ ਸੁਹਾਗਾ ਨਹੀਂ ਮਾਰਨਾ, ਦੁਪਹਿਰੇ ਜੇ ਮਾਰਾਂਗੇ ਕੱਲ੍ਹ ਨੂੰ। ਅਤੇ ਚਲੋ ਫੇਰਦੇ ਹਾਂ ਜੀ ਸੁਹਾਗਾ ਹੁਣ। ਹਾਂਜੀ ਆਪਾਂ ਮਾਰਤੀ ਖੇਤ 'ਚ ਹਲ ਹੁਣ, ਇੱਧਰਲਾ ਪਲਾਟ ਗਿੱਲੇ ਕਰਕੇ ਕਿਰਾਂ ਕਿਰਾਂ ਹਲ ਕੱਢਤੇ ਅਤੇ ਨਾਲੇ ਤਾਂ ਹਵਾ ਜੀ ਲੱਗ ਜੂ ਖੇਤ ਨੂੰ। ਫਿਰ ਮਾਰਦੇ ਹਾਂ ਇਹਦੇ ਉੱਪਰ ਹੈਰੋਂ, ਹੈਰੋਂ ਮਾਰ ਕੇ ਫਿਰ ਹਲ ਮਾਰਾਂਗੇ ਦੁਬਾਰਾ, ਫਿਰ ਕਰ ਦੇਣਾ ਆਪਾਂ ਖੇਤ ਤਿਆਰ ਇਹ। ਅਤੇ ਇੱਧਰਲਾ ਖੇਤ ਆਪਣਾ ਸੁੱਕਾ ਦੀ ਆ, ਦੇਖੋ ਇਹ ਬਣ ਗਿਆ, ਬਰੀਕ ਹੋ ਗਿਆ ਜਮ੍ਹਾਂ ਹੀ। ਅਤੇ ਇਹ 'ਚ ਮਾਰਦੇ ਹਾਂ 2 ਵਾਰ ਹਲ, ਹਲ ਮਾਰ ਕੇ ਫਿਰ ਮਾਰਾਂਗੇ ਰੂਟਾਵੀਟਰ। ਇਹ ਤਕਰੀਬਨ ਆਪਣਾ ਖੇਤ ਅੱਜ ਤਿਆਰ ਹੋ ਜਾਣਾ ਅਤੇ ਚੱਲਦਾ 69-13 ਹਲਾਂ ਨੂੰ। ਅਤੇ ਹਲ ਹਿਸਾਬ ਦੀ ਲਾਉਂਦੇ ਹਾਂ, ਫਿਰ ਜ਼ਿਆਦਾ ਪਰਾਲੀ ਨਿਕਲੀ ਜਾਂਦੀ ਆ ਹੇਠੋਂ। ਚਲਾ ਰਿਹਾ ਮੁਲਾਜ਼ਮ ਬੰਦਾ ਆਪਣਾ, ਡਰਾਈਵਰ ਸਾਹਿਬ, ਉਹ ਆ ਰਿਹਾ ਟਰੈਕਟਰ ਸਾਹਮਣੇ। ਆ ਖੇਤ ਦਾ ਬਸ ਕੇਰਾਂ ਹੋਰ ਹਲ ਮਾਰ ਕੇ ਫਿਰ ਮਾਰਾਂਗੇ ਰੂਟਾਵੀਟਰ, ਤਿਆਰ ਹੋ ਜਾਣਾ ਇਹਨੇ। ਅਤੇ ਟਰਾਲੀ ਵੀ ਆਪਾਂ, ਟਰਾਲੀ 'ਚੋਂ ਬੀਜ ਲਹਾ ਤਾ ਮੋਟਰ 'ਤੇ, ਅਤੇ ਨਾਲੇ ਕੱਲ੍ਹ ਨੂੰ ਵੱਢਦੇ ਹਾਂ ਜੀਰੀ ਜਿਹੜੀ ਆ ਮੋਟਰ 'ਤੇ ਰਹਿੰਦੀ ਆ। ਅਤੇ ਕੰਡੇ ਤਾਂ ਚੱਲ ਪਏ ਅਤੇ ਜੀਰੀ ਲੱਗ ਗਈ ਵਿਕਣ ਹੁਣ। ਪਹਿਲੇ ਹਾਈ ਚੱਲਦਾ 1400 ਚੱਕਰ 'ਤੇ, ਆਰਾਮ ਨਾਲ ਚੱਲੀ ਜਾਂਦਾ ਏ। ਹੈਰੋਂ ਸੁਹਾਗਾ ਆਪਣਾ ਖੇਤ 'ਚ ਖੜ੍ਹਾ, ਹਲੇ ਇਹਨਾਂ ਦਾ ਕੰਮ ਹੈਗਾ, ਇਹ ਲੋੜ ਪਊਗੀ। ਅਤੇ ਨਾਲੇ ਤੁਹਾਨੂੰ ਜਾ ਕੇ ਬੀਜ ਦਿਖਾਉਂਦੇ ਹਾਂ ਵੀ ਕਿਹੜਾ ਸਾਈਜ਼ ਆ,
ਆਪਾਂ ਬੀਜਦੇ ਹੁੰਦੇ ਹਾਂ ਬੀ ਸਹਿਜ ਔਰ ਸੀ ਸਹਿਜ ਦੋਨੇ ਮਿਕਸ ਵੀ ਬੀਜਦੇ ਹਾਂ ਅਤੇ ਪਲਾਂਟਰ ਨਾਲ ਕਰਾਂਗੇ ਬਿਜਾਈ। ਅਤੇ ਆਹ ਜੀਰੀ ਖੜੀ ਆ ਆਪਣੀ ਪਨੀਰੀ ਵਾਲੀ ਜਗ੍ਹਾ 2.5-3 ਵਿਘੇ ਜਗ੍ਹਾ ਇਹ ਤਾਂ ਹਲੇ 20-25 ਦੇ ਗੇਟ 'ਚ ਆਊਗੀ। ਅਤੇ ਆਹ ਜੀਰੀ ਆਪਾਂ ਵਢਾ ਦੇਣੀ ਆ ਕੱਲ੍ਹ ਨੂੰ, ਜਿਹੜੇ ਰਹਿ ਗਏ ਤੀ ਆਪਣੇ ਖੇਤ ਇਹ ਉੱਦਣ ਵੱਢਣ ਤੋਂ, ਅਤੇ ਹੁਣ ਮੰਡੀਆਂ 'ਚ ਲੱਗ ਗਈ ਵਿਕਣ, ਉਹਦੇ ਕਰਕੇ ਕੱਲ੍ਹ ਨੂੰ ਜਾਂ ਅੱਜ ਵਢਾ ਦਾਂਗੇ ਜਿਵੇਂ ਵੀ ਮਸ਼ੀਨ ਵਾਲੇ ਕੋਲ ਟਾਈਮ ਹੋਇਆ ਉਸ ਹਿਸਾਬ ਨਾਲ। ਹੁਣ ਦਿਖਾਉਂਦੇ ਆਪਾਂ ਤੁਹਾਨੂੰ ਸੀਡ ਵੀ ਕਿਹੜੇ ਆਲੂ ਦੀ ਬਿਜਾਈ ਕਰਨੀ ਆ। ਪਹਿਲਾਂ ਇੱਦਾਂ ਸੋਚਿਆ ਸੀ ਵੀ ਚੱਲ ਛਾਂਟੀ ਕਰਵਾ ਦਿੰਦੇ ਲੇਬਰ ਵਾਲਿਆਂ ਤੋਂ, ਜਿਹੜਾ ਮੋਟਾ ਆਲੂ ਆ ਨਿਕਲ ਜੂਗਾ। ਆਹ ਸਹਿਜ ਆਲੂ ਦਾ ਬੜਾ ਸਹਿਜ ਵੀ ਆ ਅਤੇ ਬੀ ਸਹਿਜ ਹੈਗਾ ਚਾਹ ਬੀ ਆਰ ਸੀ ਮਿਕਸ ਆ।